ਰੂਸ ਯੂਕਰੇਨ ਜੰਗ ਦੇ ਵਿਚਾਲੇ ਇੱਕ ਹੋਰ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਜੰਗ ਦੇ ਵਿੱਚ ਫਰੰਟ ਲਾਈਨ ਤੇ ਤੈਨਾਤ ਸੀ। 22 ਸਾਲ ਦਾ ਇਹ ਨੌਜਵਾਨ ਹਰਿਆਣਾ ਦਾ ਰਹਿਣ ਵਾਲਾ ਸੀ ਤਾਂ ਪੀੜਤ ਪਰਿਵਾਰ ਦੇ ਵੱਲੋਂ ਮ੍ਰਿਤਕ ਦੇ ਹਰਿਆਣਾ ਦੇ ਵਿੱਚ ਲਿਆਉਣ ਦੀ ਮੰਗ ਕੀਤੀ ਗਈ ਹੈ। ਕੈਥਲ ਦੇ ਪਿੰਡ ਮਟੌਰ ਦੇ 22 ਸਾਲ ਦੇ ਨੌਜਵਾਨ ਰਵੀ ਦੀ ਰੂਸ ਦੇ ਵਿੱਚ ਮੌਤ ਹੋ ਗਈ, ਜੋ ਕਿ ਯੂਕਰੇਨ ਦੇ ਨਾਲ ਜੰਗ ਦੇ ਵਿੱਚ ਗਿਆ ਹੋਇਆ ਸੀ। ਫਰੰਟ ਲਾਈਨ ਤੇ ਤੈਨਾਤ ਕੀਤਾ ਗਿਆ ਸੀ। ਭਾਰਤੀ ਦੂਤਾਵਾਸ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਰਵੀ ਦੇ ਭਰਾ ਨੇ ਆਪਣੇ DNA ਦੀ ਰਿਪੋਰਟ ਦੂਤਾਵਾਸ ਨੂੰ ਭੇਜੀ ਤਾਂ ਜੋ ਰਵੀ ਨਾਲ ਉਸਦੀ ਪਛਾਣ ਯਕੀਨੀ ਹੋ ਸਕੇ। ਨੌਕਰੀ ਦੇ ਲਈ ਰਵੀ 13 ਜਨਵਰੀ ਨੂੰ ਰੂਸ ਗਿਆ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪਹਿਲੇ 3 ਮਹੀਨੇ ਤੱਕ ਸਾਡੇ ਸੰਪਰਕ ਦੇ ਵਿੱਚ ਰਵੀ ਸੀ, ਫਿਰ ਉਸਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। 12 ਮਾਰਚ ਤੋਂ ਬਾਅਦ ਰਵੀ ਨਾਲ ਕੋਈ ਗੱਲਬਾਤ ਨਹੀਂ ਹੋਈ। ਫਿਲਹਾਲ ਪਰਿਵਾਰ ਦੇ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਗੁਹਾਰ ਲਗਾਈ ਗਈ ਹੈ। ਤਾਂ ਰੂਸ ਯੂਕਰੇਨ ਜੰਗ ਦੇ ਵਿਚਾਲੇ ਇੱਕ ਹੋਰ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਜੰਗ ਦੇ ਵਿੱਚ ਫਰੰਟ ਲਾਈਨ ਤੇ ਤੈਨਾਤ ਕੀਤਾ ਗਿਆ ਸੀ। 22 ਸਾਲ ਦਾ ਰਵੀ ਹਰਿਆਣਾ ਦਾ ਰਹਿਣ ਵਾਲਾ ਸੀ ਤਾਂ ਭਾਰਤੀ ਦੂਤਾਵਾਸ ਦੇ ਵੱਲੋਂ ਰਵੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਰਵੀ ਦੇ ਭਰਾ ਨੇ ਆਪਣੇ DNA ਦੀ ਰਿਪੋਰਟ ਦੂਤਾਵਾਸ ਨੂੰ ਭੇਜੀ ਤਾਂ ਜੋ ਰਵੀ ਦੇ ਨਾਲ ਉਸਦੀ ਪਛਾਣ ਯਕੀਨੀ ਹੋ ਸਕੇ। ਰੋਜ਼ੀ ਰੋਟੀ ਦੇ ਲਈ 13 ਜਨਵਰੀ ਨੂੰ ਰੂਸ ਗਿਆ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪਹਿਲੇ 3 ਮਹੀਨੇ ਤੱਕ ਰਵੀ ਸਾਡੇ ਸੰਪਰਕ ਦੇ ਵਿੱਚ ਸੀ। 12 ਮਾਰਚ ਤੋਂ ਬਾਅਦ ਰਵੀ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਤਾਂ ਪੀੜਤ ਪਰਿਵਾਰ ਦੇ ਵੱਲੋਂ ਰਵੀ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਗਈ ਹੈ। ਮੇਰਾ ਨਾਮ ਅਜੈ ਹੈ ਔਰ ਜੋ ਮੇਰਾ ਭਾਈ ਹੈ ਰਵੀ, ਉਹ ਮਤਲਬ ਰਸ਼ੀਆ ਮੈਂ ਗਿਆ ਥਾ 13 ਜਨਵਰੀ ਕੋ ਯਹਾਂ ਸੇ। ਜੋ ਏਜੈਂਟ ਥਾ ਉਸਨੇ ਮਤਲਬ ਟ੍ਰਾਂਸਪੋਰਟ ਕਾ ਕਾਮ ਦਿਲਵਾਨੇ ਕੇ ਲੀਏ ਵਹਾਂ ਪੇ ਭੇਜਾ ਥਾ ਔਰ ਹਮਨੇ ਜੋ ਜ਼ਮੀਨ ਥੀ 1 ਏਕੜ ਉਹ ਹਮਨੇ ਸਾਰੀ ਦੇ ਦੀ ਥੀ ਔਰ ਹਮਾਰੇ 11.5 ਲੱਖ ਰੁਪਏ ਲਗੇ ਥੇ ਇਸਕੋ ਵਹਾਂ ਭੇਜਣੇ ਕੇ ਲੀਏ। ਤੋ ਵਹਾਂ ਪੇ ਟ੍ਰਾਂਸਪੋਰਟ ਕੀ ਬਜਾਏ ਉਸਨੇ ਏਜੈਂਟ ਨੇ ਮਤਲਬ ਆਰਮੀ ਮੇ ਸਿਲੈਕਟ ਕਰਵਾ ਦੀਆ ਉਸਨੇ। ਤੋ ਵਹਾਂ ਪੇ ਉਸਕੇ ਰਵੀ ਕੇ ਸਾਥ ਮਤਲਬ ਮੇਰੇ ਭਾਈ ਕੇ ਸਾਥ ਜ਼ਬਰਦਸਤੀ ਹੋਈ ਔਰ ਰਸ਼ੀਨ ਬਸ ਹਮੇ ਉਸਮੇ ਮਤਲਬ ਕੋਂਟਰੈਕਟ ਸਾਈਨ ਕਰਵਾ ਲਿਆ। ਤੋ ਕੁਛ ਦਿਨ ਬਾਅਦ ਪਤਾ ਚਲਿਆ ਕਿ ਮਤਲਬ ਉਹ ਆਰਮੀ ਕੀ ਵਰਦੀ ਮੇ ਥਾ। ਤੋ ਵਹਾਂ ਉਸਨੇ ਮਤਲਬ ਵਹਾਂ ਟ੍ਰੇਨਿੰਗ ਵੀ ਮਤਲਬ 15 ਦਿਨ ਕੀ ਕਰਨੇ ਕੇ ਲੀਏ ਬੋਲਿਆ ਉਨਕੋ ਔਰ ਜੈਸੇ ਗੱਡੇ ਖੋਦਨੇ ਐਸੀ ਟ੍ਰੇਨਿੰਗ ਹੋਈ ਥੀ ਜਿਵੇਂ ਟੈਂਕ ਟੂੰਕੋ ਕੀ ਮਤਲਬ ਵਹਾਂ ਤੋਂ ਬਹੁਤ ਹੀ ਜ਼ਿਆਦਾ ਭਿਆਨਕ ਲੜਾਈ ਚਲੀ ਹੋਈ ਹੈ। ਤੋ ਉਸਕੋ ਫਰੰਟ ਲਾਈਨ ਪੇ ਅੱਗੇ ਲੈ ਜਾਇਆ ਗਿਆ। 12 ਮਾਰਚ ਤੱਕ ਹਮਾਰੀ ਉਸਸੇ ਠੀਕ ਬਾਤ ਹੋਈ ਠੀਕ ਠਾਕ। ਤੋ 12 ਮਾਰਚ ਕੇ ਬਾਅਦ ਹਮਾਰਾ ਕੋਂਟੈਕਟ ਟੁੱਟ ਗਿਆ। ਤੋ ਜੈਸੇ ਤੈਸੇ ਮਤਲਬ 3-4 ਮਹੀਨੇ ਨਿਕਲ ਗਏ। ਕੁਛ ਦਿਨ ਪਹਿਲੇ ਮੇਰੇ ਪਾਸ ਮੋਸਕੋ ਮੈਸੇਜ ਫੋਨ ਆਇਆ ਕਿ ਰਵੀ ਕੀ ਡੈਥ ਹੋ ਗਈ ਹੈ, ਮੇਰਾ ਭਾਈ ਕੀ ਡੈਥ ਹੋ ਗਈ। ਤੋ ਉਸ ਨੂੰ ਮੈਨੇ ਉਨਸੇ ਮਤਲਬ ਲਿਖਿਤ ਵੀ ਮੰਗਾ, ਰਿਟਨ ਵੀ ਮੰਗਾ ਕਿ ਮਤਲਬ ਮੇਰੇ ਕੋਲ ਪਰੂਫ ਦਿਓ, ਹਮੇ ਕਿਆ ਵਿਸ਼ਵਾਸ ਹੈ ਕੈਸੇ, ਮਤਲਬ ਉਸਕੀ ਜਾਂ ਤਾਂ ਕੋਈ ਫੋਟੋ ਦਿਖਾਓ ਹਮੇ ਜਾਂ ਮਤਲਬ ਕੁਛ ਲਿਖਿਤ ਮੈਂ ਦਿਓ। ਤੋ ਹਮਨੇ ਪਿਛਲੇ ਹਫ਼ਤੇ ਈਮੇਲ ਕੀ ਤੋ ਉਸਮੇ ਉਨਕਾ ਰਿਪਲਾਈ ਆਇਆ ਕਿ ਅਭੀ ਰਵੀ ਕੀ ਡੈਥ ਹੋ ਗਈ ਹੈ, ਉਸਕਾ ਪਾਸਪੋਰਟ ਨੰਬਰ ਮਿਲ ਗਿਆ ਤੋ ਸੇਮ ਥਾ ਉਸਮੇ ਮੈਨੇ ਦੇਖਾ। ਤੋ ਬਾਤ ਯਹ ਹੈ ਕਿ ਮਤਲਬ ਹਮਾਰਾ ਭਾਈ ਕੀ ਡੈਡ ਬੋਡੀ ਹਮੇ ਵਾਪਸ ਚਾਹੀਏ ਇੰਡੀਆ। ਹਮਾਰਾ ਦੇਖੋ ਇਤਨਾ ਜੁਗਾੜ ਨਹੀਂ ਹੈ, ਮਤਲਬ ਪੈਸੇ ਨਹੀਂ ਹੈ ਹਮਾਰੇ ਪਾਸ ਇਤਨੇ ਕਿ ਹਮ ਉਸਕੀ ਬੋਡੀ ਕੋ ਯਹਾਂ ਲੈ ਕੇ ਆਏ। ਤੋ ਹਮਾਰੇ ਮੋਦੀ ਸਰਕਾਰ ਸੇ ਇਹ ਗੁਹਾਰ ਹੈ ਕਿ ਮਤਲਬ ਉਸਕੋ ਕੈਸੇ ਵੀ ਕਰਕੇ ਹਮਾਰੀ ਬੋਡੀ ਕੋ ਹਮਾਰੇ ਭਾਈ ਕੀ ਬੋਡੀ ਕੋ ਹਮਾਰੇ ਇੰਡੀਆ ਵਾਪਸ ਲਾਇਆ ਜਾਏ।